ਮੇਰੇ ਦਿਮਾਗ ਵਿੱਚ ਸੀ ਕਿ ਜੇ ਮੇਰੀ ਜਠਾਣੀ ਘਰ ਵਿੱਚ ਹੁੰਦੀ ਤਾਂ ਉਹ ਸਾਡਾ ਕੀ ਹਾਲ ਕਰਦੀ। ਮੇਰੀ ਜਠਾਣੀ ਕਿਸੇ ਵਿਆਹ ਵਿੱਚ ਗਈ ਹੋਈ ਸੀ, ਇਸ ਲਈ ਮੇਰੇ ਜੇਠ ਜੀ 4 ਦਿਨ ਤੱਕ ਮੇਰੇ ਨਾਲ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ। ਮੇਰੀਆਂ ਅੱਖਾਂ ਵਿੱਚ ਸੁਰੇਸ਼ ਦਾ ਚਿਹਰਾ ਘੁੰਮਣ ਲੱਗਿਆ। ਮੈਂ ਅੱਜ ਪੂਰਾ ਜੀ ਭਰ ਕੇ, ਮੇਰੇ ਜੇਠ ਜੀ ਨੇ ਕਿਹਾ, ਸੀਮਾ ਤੂੰ ਅੱਜ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ, ਤੂੰ ਇੰਨੀ ਜ਼ਿਆਦਾ ਕਮਾਲ ਦੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੇਰੀ ਵਾਈਫ ਤਾਂ ਤੇਰੇ ਸਾਹਮਣੇ ਕੁਝ ਵੀ ਨਹੀਂ ਹੈ, ਤੇਰੀ ਅੰਦਰ ਦੀ ਖੂਬਸੂਰਤੀ ਤਾਂ ਮੈਂ ਅੱਜ ਵੇਖੀ ਹੈ। ਫਿਰ ਮੈਂ ਜੇਠ ਜੀ ਨੂੰ ਕਿਹਾ, ਭਾਈ ਸਾਹਿਬ ਮੇਰਾ ਤਾਂ ਹੁਣ ਕੋਈ ਬਚਿਆ ਨਹੀਂ ਹੈ, ਤੁਸੀਂ ਹੀ ਮੇਰੇ ਸਮਾਨ ਦਾ ਇਸਤੇਮਾਲ ਕਰ ਲਿਆ ਕਰੋ। ਮੇਰਾ ਨਾਮ ਸੀਮਾ ਹੈ, ਮੇਰੀ ਉਮਰ 24 ਸਾਲ ਹੈ। ਕੁਝ ਸਾਲ ਪਹਿਲਾਂ ਮੇਰੇ ਪਾਪਾ ਨੇ ਮੇਰਾ ਵਿਆਹ ਇੱਕ ਅਮੀਰ ਪਰਿਵਾਰ ਵਿੱਚ ਕਰਵਾ ਦਿੱਤਾ ਸੀ। ਮੇਰੇ ਪਤੀ ਹੋਰੀ 2 ਭਰਾ ਸਨ। ਮੇਰੇ ਪਤੀ ਆਪਣੇ ਭਰਾ ਤੋਂ ਛੋਟੇ ਸਨ, ਉਸਦਾ ਇੱਕ ਵੱਡਾ ਭਰਾ ਸੀ। ਮੇਰੇ ਪਤੀ ਦਾ ਨਾਮ ਸੁਰੇਸ਼ ਹੈ, ਮੇਰੇ ਜੇਠ ਜੀ ਦਾ ਨਾਮ ਰਮੇਸ਼ ਹੈ। ਮੈਂ ਆਪਣੇ ਜੇਠ ਜੀ ਨੂੰ ਆਦਰ ਨਾਲ ਭਾਈ ਸਾਹਿਬ ਕਹਿ ਕੇ ਬੁਲਾਉਂਦੀ ਸੀ। ਵਿਆਹ ਤੋਂ ਪਹਿਲਾਂ ਮੈਂ ਸੁਪਨੇ ਵੇਖਦੀ ਸੀ ਕਿ ਮੇਰਾ ਪਤੀ ਅਜਿਹਾ ਹੋਵੇਗਾ, ਵਗੈਰਾ ਵਗੈਰਾ। ਮੈਂ ਬਹੁਤ ਖੁਸ਼ਕਿਸਮਤ ਵਾਲੀ ਨਿਕਲੀ ਕਿ ਮੇਰਾ ਪਤੀ ਸੁਰੇਸ਼ ਬਿਲਕੁਲ ਅਜਿਹੇ ਹੀ ਨਿਕਲੇ ਜਿਹੋ ਜਿਹੇ ਪਤੀ ਬਾਰੇ ਮੈਂ ਸੋਚਿਆ ਕਰਦੀ ਸੀ। ਉਹ ਮੈਨੂੰ ਦਿਲੋਂ ਬਹੁਤ ਪਿਆਰ ਕਰਦੇ ਸੀ। ਮੇਰੇ ਪਤੀ ਮੇਰਾ ਬਹੁਤ ਖਿਆਲ ਰੱਖਦੇ ਸੀ। ਉਹ ਬਹੁਤ ਹੀ ਰੋਮੈਂਟਿਕ ਵੀ ਸਨ। ਉਹ ਬੜੇ ਕਮਾਲ ਦੇ ਇਨਸਾਨ ਸਨ। ਉਹ ਹਰ ਰੋਜ਼ ਮੇਰੇ ਲਈ ਗੁਲਾਬ ਦਾ ਫੁੱਲ ਲਿਆਉਂਦੇ ਸੀ। ਉਹ ਮੇਰੇ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਆਉਂਦੇ ਸਨ। ਪਤਾ ਨਹੀਂ ਕਿੰਨੇ ਹੀ ਤਰੀਕਿਆਂ ਨਾਲ ਉਹ ਮੈਨੂੰ ਰਾਤ ਨੂੰ ਬੈੱਡ 'ਤੇ ਮੇਰੀ ਕਰਦੇ ਸਨ। ਉਹ ਮੈਨੂੰ ਸੌਣ ਹੀ ਨਹੀਂ ਦਿੰਦੇ ਸੀ। ਉੱਧਰ ਮੇਰੇ ਜੇਠ ਅਤੇ ਜਠਾਣੀ ਜੀ ਵੀ ਬਹੁਤ ਹੀ ਚੰਗੇ ਸਨ। ਉਹਨਾਂ ਦੋਵਾਂ ਦੀ ਵੀ ਬਹੁਤ ਬਣਦੀ ਸੀ। ਹਰ ਦੁਪਹਿਰ ਮੇਰੀ ਜਠਾਣੀ ਮੈਨੂੰ ਦੱਸਦੀ ਕਿ ਕੱਲ੍ਹ ਰਾਤ ਜੇਠ ਜੀ ਨੇ ਉਸ ਨਾਲ ਕਿਵੇਂ ਕਿਵੇਂ ਤਰੀਕੇ ਨਾਲ ਉਸਦੀ ਕੀਤੀ ਹੈ। ਬਦਲੇ ਵਿੱਚ ਮੈਂ ਵੀ ਉਸਨੂੰ ਦੱਸਦੀ ਸੀ ਕਿ ਰਾਤ ਨੂੰ ਤੁਹਾਡੇ ਦਿਓਰ ਨੇ ਮੈਨੂੰ ਕਿਸ ਤਰ੍ਹਾਂ ਨਾਲ ਕੀਤਾ ਹੈ। ਇਸੇ ਤਰ੍ਹਾਂ ਸਾਡੇ ਪਰਿਵਾਰ ਦਾ ਸਮਾਂ ਬਹੁਤ ਹੀ ਵਧੀਆ ਲੰਘ ਰਿਹਾ ਸੀ। ਇੱਕ ਦਿਨ ਅਜਿਹਾ ਆਇਆ ਕਿ ਸਭ ਕੁਝ ਖਤਮ ਹੋ ਗਿਆ। ਮੇਰੇ ਪਤੀ ਸੁਰੇਸ਼ ਜੀ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਨਹੀਂ ਬਚੇ। ਮੈਂ ਵਿਧਵਾ ਹੋ ਗਈ। ਮੇਰੇ ਜੇਠ ਜੀ ਨੇ ਜਠਾਣੀ ਮੇਰੇ ਕੋਲ ਆਈ। ਜੇਠ ਜੀ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਅਤੇ ਮੈਂ ਰੋਣ ਲੱਗ ਗਈ। ਮੈਂ ਸਫੇਦ ਸਾੜੀ ਪਾਈ ਹੋਈ ਸੀ। ਮੇਰੀ ਹਾਲਤ ਬਹੁਤ ਹੀ ਖਰਾਬ ਸੀ। ਮੇਰੇ ਜੇਠ ਜੀ ਨੇ ਕਿਹਾ, ਸੀਮਾ ਤੂੰ ਰੋ ਨਾ, ਜ਼ਿੰਦਗੀ ਅਤੇ ਮੌਤ ਸਭ ਰੱਬ ਦੇ ਹੱਥ ਵਿੱਚ ਹੈ। ਅਸੀਂ ਇਸ ਦੁੱਖ ਵਿੱਚ ਤੇਰਾ ਪੂਰਾ ਸਾਥ ਦੇਵਾਂਗੇ, ਅਸੀਂ ਤੇਰੇ ਨਾਲ ਹਾਂ। ਉਹਨਾਂ ਦੀ ਛੋਹ ਨੇ ਜਦੋਂ ਮੇਰੇ ਮੋਢਿਆਂ ਨੂੰ ਛੋਹਿਆ ਤਾਂ ਮੈਨੂੰ ਬਹੁਤ ਹੀ ਸ਼ਾਂਤੀ ਮਹਿਸੂਸ ਹੋਈ। ਹੁਣ ਮੇਰੇ ਪਤੀ ਦੀ ਮੌਤ ਨੂੰ 2 ਮਹੀਨੇ ਹੋ ਗਏ ਸਨ, ਪਰ ਮੈਂ ਹਮੇਸ਼ਾ ਰੋਂਦੀ ਹੀ ਰਹਿੰਦੀ ਸੀ, ਹਮੇਸ਼ਾ ਸਫੇਦ ਸਾੜੀ ਪਹਿਨਦੀ ਸੀ। ਜਦੋਂ ਮੇਰੇ ਜੇਠ ਜੀ ਸੁਰੇਸ਼ ਜੀ ਦੀ ਕੋਈ ਗੱਲ ਕਰਦੇ ਤਾਂ ਮੈਂ ਰੋਣ ਲੱਗ ਜਾਂਦੀ ਸੀ। ਮੇਰੀ ਜਠਾਣੀ ਵੀ ਬਹੁਤ ਪਿਆਰੀ ਸੀ। ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਜੇ ਉਹ ਦੋਵੇਂ ਨਾ ਹੁੰਦੇ ਤਾਂ ਪਤਾ ਨਹੀਂ ਮੇਰਾ ਕੀ ਬਣਦਾ। ਕੁਝ ਦਿਨਾਂ ਬਾਅਦ ਮੇਰੀ ਜਠਾਣੀ ਦੇ ਭਰਾ ਦਾ ਵਿਆਹ ਆ ਗਿਆ ਅਤੇ ਉਹ ਆਪਣੇ ਪੇਕੇ ਚਲੀ ਗਈ। ਹੁਣ ਘਰ ਵਿੱਚ ਮੈਂ ਅਤੇ ਮੇਰੇ ਜੇਠ ਜੀ, ਅਸੀਂ ਦੋਵੇਂ ਹੀ ਇਕੱਲੇ ਸਾਂ। ਮੇਰੇ ਜੇਠ ਜੀ ਬਿਜਲੀ ਮਹਿਕਮੇ ਵਿੱਚ ਜੂਨੀਅਰ ਇੰਜੀਨੀਅਰ ਦੀ ਪੋਸਟ 'ਤੇ ਸਨ, ਇਸ ਲਈ ਉਹ ਆਪਣੇ ਸਾਲੇ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ। ਹੁਣ ਮੈਂ ਹੀ ਉਹਨਾਂ ਦਾ ਖਿਆਲ ਰੱਖਦੀ ਸੀ, ਉਹਨਾਂ ਨੂੰ ਨਵਾਉਂਦੀ ਸੀ, ਉਹਨਾਂ ਦੀ ਪਿੱਠ 'ਤੇ ਸਾਬਣ ਲਗਾਉਂਦੀ ਸੀ, ਉਹਨਾਂ ਲਈ ਲੰਚ ਬਾਕਸ ਵੀ ਤਿਆਰ ਕਰਦੀ ਸੀ।
ਕੁੱਲ ਮਿਲਾ ਕੇ ਮੈਂ ਉਹਨਾਂ ਦਾ ਪੂਰਾ ਖਿਆਲ ਰੱਖਦੀ ਸੀ। ਮੈਨੂੰ ਖਾਣ ਵਿੱਚ ਰਬੜੀ ਬਹੁਤ ਹੀ ਪਸੰਦ ਹੈ। ਸ਼ਾਮ ਨੂੰ ਘਰ ਮੁੜਦੇ ਟਾਈਮ ਮੇਰੇ ਜੇਠ ਜੀ ਮੇਰੇ ਲਈ ਰਬੜੀ ਜ਼ਰੂਰ ਲਿਆਉਂਦੇ ਸਨ। ਇੱਕ ਦਿਨ ਖਾਣਾ ਬਣਾਉਂਦੇ ਹੋਏ ਮੈਂ ਬੇਹੋਸ਼ ਹੋ ਗਈ। ਮੈਨੂੰ ਬੇਹੋਸ਼ ਵੇਖ ਕੇ ਜੇਠ ਜੀ ਬਹੁਤ ਡਰ ਗਏ। ਉਹ ਇੰਨਾ ਜ਼ਿਆਦਾ ਡਰ ਗਏ ਸੀ ਕਿ ਉਹ ਮੈਨੂੰ ਆਪਣੀ ਗੋਦ ਵਿੱਚ ਹੀ ਚੁੱਕ ਕੇ ਡਾਕਟਰ ਕੋਲ ਲੈ ਗਏ। ਡਾਕਟਰ ਨੇ ਮੇਰੀ ਜੇਠ ਜੀ ਨੂੰ ਕਿਹਾ ਕਿ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਹੈ, ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਹੈ, ਇਹਨਾਂ ਨੂੰ ਹਰ ਰੋਜ਼ ਅਨਾਰ ਦਾ ਜੂਸ ਅਤੇ ਫਰੂਟਸ ਖਿਲਾਓ। ਮੇਰੇ ਜੇਠ ਜੀ ਨੇ ਘਰ ਵਿੱਚ ਫਲਾਂ ਦਾ ਢੇਰ ਲਗਾ ਦਿੱਤਾ। ਉਹ ਜਦੋਂ ਵੀ ਡਿਊਟੀ ਤੋਂ ਘਰ ਆਉਂਦੇ ਤਾਂ ਉਹ ਕਦੇ ਸੇਬ, ਅੰਗੂਰ, ਕੇਲੇ ਅਤੇ ਅਨਾਰ ਦਾ ਜੂਸ ਲੈ ਕੇ ਆਉਂਦੇ। ਮੈਂ ਉਹਨਾਂ ਦੇ ਅਹਿਸਾਨਾਂ ਥੱਲੇ ਦੱਬ ਚੁੱਕੀ ਸੀ। ਮੈਂ ਮਨ ਹੀ ਮਨ ਸੋਚ ਲਿਆ ਸੀ ਕਿ ਜੇਕਰ ਮੈਨੂੰ ਕਦੇ ਇਹ ਅਹਿਸਾਨ ਚੁਕਾਉਣ ਦਾ ਮੌਕਾ ਮਿਲਿਆ ਤਾਂ ਮੈਂ ਪਿੱਛੇ ਨਹੀਂ ਹਟਾਂਗੀ। ਇੱਕ ਰਾਤ ਜਦੋਂ 1 ਵਜੇ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਵੇਖਿਆ ਕਿ ਮੇਰੇ ਜੇਠ ਜੀ ਦੇ ਕਮਰੇ ਦੀ ਲਾਈਟ ਜਗ ਰਹੀ ਸੀ। ਜਦੋਂ ਮੈਂ ਖਿੜਕੀ 'ਚੋਂ ਵੇਖਿਆ ਤਾਂ ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਉਹ ਕੋਕੋ ਕੋਲਾ ਪੁਰਾਣੇ ਕੱਪੜੇ ਅਤੇ ਫੋਮ ਦੇ ਨਾਲ ਆਰਟੀਫਿਸ਼ਲ ਚੂ ਬਣਾ ਰਹੇ ਸੀ। ਮੈਂ ਜੇਠ ਜੀ ਕਹਿੰਦੇ ਹੋਏ ਦਰਵਾਜ਼ੇ ਨੂੰ ਖੜਕਾਇਆ। ਉਹ ਮੇਰੀ ਆਹਟ ਸੁਣ ਕੇ ਘਬਰਾ ਗਏ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਕੋਕੋ ਕੋਲਾ ਦੀ ਬੋਤਲ ਫੋਮ ਅਤੇ ਪੁਰਾਣੇ ਕੱਪੜੇ ਹੇਠਾਂ ਡਿੱਗ ਗਈ। ਮੈਂ ਉਹਨਾਂ ਨੂੰ ਕਿਹਾ, ਜੇਠ ਜੀ ਜਦੋਂ ਮੈਂ ਤੁਹਾਡੇ ਕੋਲ ਹਾਂ ਤਾਂ ਤੁਹਾਨੂੰ ਇਹ ਆਰਟੀਫਿਸ਼ਲ ਬਣਾਉਣ ਦੀ ਕੋਈ ਲੋੜ ਨਹੀਂ। ਤੁਸੀਂ ਮੇਰੇ ਲਈ ਕੀ ਕੁਝ ਨਹੀਂ ਕੀਤਾ, ਹੁਣ ਮੇਰੀ ਵਾਰੀ ਹੈ ਕਿ ਮੈਂ ਤੁਹਾਡੇ ਲਈ ਉਹ ਕੁਝ ਕਰਾਂ। ਮੇਰੀ ਗੱਲ ਸੁਣ ਕੇ ਜੇਠ ਜੀ ਨੇ ਮੁਸਕਰਾ ਕੇ ਮੈਨੂੰ ਜੱਫੀ ਪਾ ਲਈ। ਗਰਮੀਆਂ ਦਾ ਮੌਸਮ ਸੀ ਇਸ ਲਈ ਉਹਨਾਂ ਨੇ ਧੋਤੀ ਅਤੇ ਬਨੈਣ ਹੀ ਪਾਈ ਹੋਈ ਸੀ। ਉਹਨਾਂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਅਤੇ ਮੈਂ ਵੀ ਉਹਨਾਂ ਨੂੰ। ਫਿਰ ਉਹਨਾਂ ਨੇ ਕਿਹਾ, ਸੀਮਾ ਇੱਕ ਗੱਲ ਦਾ ਪੂਰਾ ਧਿਆਨ ਰੱਖੀ ਕਿ ਇਹ ਗੱਲ ਸਿਰਫ ਤੇਰੇ ਅਤੇ ਮੇਰੇ ਵਿੱਚ ਹੀ ਰਹਿਣੀ ਚਾਹੀਦੀ ਹੈ, ਤੇਰੀ ਜਠਾਣੀ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਾ ਲੱਗੇ। ਮੈਂ ਹਾਂਜੀ ਕਹਿ ਦਿੱਤਾ। ਫਿਰ ਮੈਂ ਉਹਨਾਂ ਦੇ ਕਮਰੇ ਦੇ ਅੰਦਰ ਚਲੀ ਗਈ। ਉਹਨਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਮੈਂ ਉਸ ਟਾਈਮ ਵੀ ਸਫੇਦ ਸਾੜੀ ਵਿੱਚ ਹੀ ਸੀ। ਫਿਰ ਮੇਰੇ ਜੇਠ ਜੀ ਮੈਨੂੰ ਆਪਣੇ ਬੈੱਡ 'ਤੇ, ਫਿਰ ਉਹਨਾਂ ਨੇ ਮੇਰੀ ਭਰਪੂਰ ਕੀਤੀ। ਉਹ ਪੂਰੀਆਂ 4 ਰਾਤਾਂ ਮੇਰੇ ਨਾਲ ਕਰਦੇ ਰਹੇ। ਮੇਰੇ ਦਿਮਾਗ ਵਿੱਚ ਸੀ ਕਿ ਜੇ ਮੇਰੀ ਜਠਾਣੀ ਘਰ ਵਿੱਚ ਹੁੰਦੀ ਤਾਂ ਉਹ ਸਾਡਾ ਕੀ ਹਾਲ ਕਰਦੀ। ਮੇਰੀ ਜਠਾਣੀ ਆਪਣੇ ਭਰਾ ਦੇ ਵਿਆਹ 'ਤੇ ਗਈ ਹੋਈ ਸੀ। ਮੇਰੇ ਜੇਠ ਜੀ ਨੇ ਕਿਹਾ, ਸੀਮਾ ਤੂੰ ਅੱਜ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ, ਤੂੰ ਇੰਨੀ ਜ਼ਿਆਦਾ ਕਮਾਲ ਦੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੇਰੀ ਵਾਈਫ ਤਾਂ ਤੇਰੇ ਸਾਹਮਣੇ ਕੁਝ ਵੀ ਨਹੀਂ ਹੈ, ਤੇਰੇ ਅੰਦਰ ਦੀ ਖੂਬਸੂਰਤੀ ਤਾਂ ਮੈਂ ਅੱਜ ਵੇਖੀ ਹੈ। ਫਿਰ ਮੈਂ ਜੇਠ ਜੀ ਨੂੰ ਕਿਹਾ, ਭਾਈ ਸਾਹਿਬ ਮੇਰਾ ਤਾਂ ਹੁਣ ਕੋਈ ਬਚਿਆ ਨਹੀਂ ਹੈ, ਤੁਸੀਂ ਹੀ ਮੇਰੇ ਸਮਾਨ ਦਾ ਇਸਤੇਮਾਲ ਕਰ ਲਿਆ ਕਰੋ। ਮੇਰੇ ਜੇਠ ਜੀ ਨੇ ਪੂਰਾ ਜੀ ਭਰ ਕੇ ਮੇਰੀ ਕੀਤੀ। ਇਸ ਗੱਲ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। 2 ਹਫ਼ਤੇ ਬਾਅਦ ਮੈਂ ਪ੍ਰੈਗਨੈਂਟ ਹੋ ਗਈ। ਇਹ ਮੇਰੇ ਜੇਠ ਜੀ ਦਾ ਬੱਚਾ ਸੀ। ਮੇਰੇ ਜੇਠ ਜੀ ਮੈਨੂੰ ਹੌਸਪੀਟਲ ਲੈ ਗਏ ਅਤੇ ਚੁੱਪਚਾਪ ਮੇਰਾ ਐਬੋਰਸ਼ਨ ਕਰਵਾ ਦਿੱਤਾ। ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਚੱਲਿਆ। ਜੇ ਇਸ ਗੱਲ ਦਾ ਪਤਾ ਮੇਰੀ ਜਠਾਣੀ ਨੂੰ ਲੱਗ ਜਾਂਦਾ ਤਾਂ ਪਤਾ ਨਹੀਂ ਕੀ ਹੋਣਾ ਸੀ। ਇਹ ਕਹਾਣੀ ਕਾਲਪਨਿਕ ਹੈ, ਇਸਦਾ ਅਸਲ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਇਹ ਕਹਾਣੀ ਕਿਸੇ ਨਾਲ ਮੇਲ ਵੀ ਖਾਂਦੀ ਹੈ ਤਾਂ ਇਸ ਨੂੰ ਸਿਰਫ ਸਹਿਯੋਗ ਮੰਨਿਆ ਜਾਵੇਗਾ। ਤਾਂ ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ।
ਅਜਿਹੀਆਂ ਹੋਰ ਦਿਲਚਸਪ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਮਿਲਦੇ ਹਾਂ ਇੱਕ ਹੋਰ ਦਿਲਚਸਪ ਕਹਾਣੀ ਦੇ ਨਾਲ। ਧੰਨਵਾਦ ਜੀ।